ਅਸੀਂ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ। ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਤੇ ਉਥੋਂ ਦੇ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ ਸੀ। ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪਦੇ 5 ਮੰਤਰੀ ਉਤਾਰਨੇ ਪਏ। ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ। 2 ਚਿਹਰੇ ਉਹ ਕੋਚਿੰਗ ਕਰਕੇ ਲੈ ਕੇ ਗਏ, ਯਾਨੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ, ਜੀਪੀ ਜੀ ਜਿਹੜੇ ਉਹਨਾਂ ਨੂੰ ਕੋਚ ਕੀਤਾ ਗਿਆ ਸਾਡੇ ਲੋਕਾਂ ਨੂੰ। ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ। ਸੋ ਪਰ ਆਲ ਦਾ ਬੈਸਟ। ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ ਚ ਲਿਆ ਗਿਆ ਡਿਸੀਜਨ, ਜਿਹੜੇ ਤਮਾਮ ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ। ਔਰ ਕਿੰਨੇ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ, ਬਹੁਤ ਸਾਰੀ ਐਂਟੀ ਇਨਕਮੈਂਸੀ ਵੀ ਆਏਗੀ, ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ, ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ। ਔਰ ਮੈਨੂੰ ਵੀ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹਦੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ। ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਪਰਸੈਪਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਨ। ਧਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਔਰ ਜਿਹੜੇ ਬਹੁਤ ਪਾਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ ਚ, ਤੇ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ, NRI ਦਿੱਤਾ ਗਿਆ। ਇਵੇਂ ਤੁਹਾਡੇ ਸਾਹਮਣੇ ਮੀਥੇਰ ਸਾਹਿਬ ਜਿਨ੍ਹਾਂ ਕੋਲੇ ਮਹਿਕਮਾ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਗ ਕਰ ਦਿੱਤਾ ਜਾਵੇ। ਸੋ ਇਹ ਕਈ ਗੱਲਾਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਦਿੱਤੀ ਹੋਵੇ, ਕੋਈ ਐਸੀ ਗੱਲ ਕੀਤੀ ਹੋਵੇ। ਪਰਨੀਤ ਕੌਰ ਜੀ ਆਲਰੇਡੀ ਬੀਜੇਪੀ ਮੇਂ ਸ਼ਾਮਿਲ ਹੈ ਔਰ ਹਮ ਉਨਕੋ ਟਿਕਟ ਨਹੀਂ ਦੇਂਗੇ। ਔਰ ਉਹ ਤਬ ਉਹ ਕਹਤੇ ਥੇ ਕਿ ਭਈਆ ਇਹ ਰਾਜਾ ਵੜਿੰਗ ਕੌਣ ਹੋਤਾ ਹੈ, ਉਨਕੋ ਪਤਾ ਚਲ ਗਿਆ ਕਿ ਰਾਜਾ ਵੜਿੰਗ ਨੇ ਜੋ ਕਾਂਗਰਸ ਪਾਰਟੀ ਕਹਤੀ ਹੈ ਵੋ ਕਰਤੀ ਹੈ। ਮੈਂ ਉਨਕੀ ਇੱਜ਼ਤ ਕਰਤਾ ਹੂੰ ਐਜ਼ ਏ ਲੇਡੀ ਔਰ ਐਜ਼ ਏ ਮਲਕੇ ਮੇਰੇ ਸੇ ਉਮਰ ਮੇਂ ਬੜੇ, लेकिन कांग्रेस पार्टी ने उनको टिकट देना ही नहीं था। ये समान और शामिल ही थे, विधानसभा में ही शामिल थे। आज के पहले अभी अमरिंदर सिंह जी शामिल हुए, मेरे को तो ये नहीं समझ आती कि एक ही परिवार के लोग 3 बार शामिल क्यों होते हैं। पहले जब अमरिंदर सिंह शामिल हो गए वो अलग शामिल हो गए, अब कौन है जी बीबा जी शामिल हो गए, बेटी हो गई, अब क्या है जी अब एक नया बंदा शामिल कहते। प्रनीत कौर जी एक ही घर में एक ही परिवार के सदस्य 3 बार शामिल हो गए, 3 बारी शामिल हो गए, अब चौथा अभी टिक्कू जी की भी बारी है, उनका बेटा है, अगले कल को आप बोलोगे कि वो भी शामिल हो गए, आप क्या कहना है आपका? आप भी सवाल नहीं पूछे इस मुद्दे, कहना बहुत अच्छा अगर प्रनीत कौर जी हो, कम से कम अमरिंदर सिंह जी तो यह गल पता समझ आ गई कि कांग्रेस छड़ के कोहली ने जा मैं 30,000 ते हार गया। ਕਮ ਸੇ ਕਮ ਇਹ ਗੱਲ ਪ੍ਰਨੀਤ ਕੌਰ ਜੀ ਨੂੰ ਵੀ ਸਮਝ ਆ ਜੂਗੀ ਕਿ ਜਿਹੜੀ 3 ਵਾਰੀ ਮੈਂਬਰ ਆਫ ਪਾਰਲੀਮੈਂਟ ਬਣੇ ਆਦਮੀ ਆ ਪ੍ਰਨੀਤ ਕੌਰ ਜੀ, ਉਹ ਕਾਂਗਰਸ ਦੀ ਕਿਰਪਾ ਤੇ 5 ਦਾ ਚੋਣ ਨਿਸ਼ਾਨ ਕਰਕੇ ਬਣੇ ਔਰ ਕਾਹੇ ਕੇ ਲਈ ਗਏ, ਕੋਈ ਰਿਸ਼ਤੇਦਾਰੀ ਥੋੜੀ ਹੈ ਬੀਜੇਪੀ ਕੇ ਸਾਥ, ਇਸ ਲਈ ਗਏ ਪਹਿਲੇ। ਇਹ ਬੜੇ ਜੋ ਲੋਗ ਹੋਤੇ ਹੈ ਨਾ, ਇਹ ਓਪਰਚੁਨਿਸਟ ਹੋਤੇ ਹੈ, ਸੁਣਿਏ, ਓਪਰਚੁਨਿਸਟ ਹੋਤੇ ਹੈ, ਇਹ ਬਿਨਾ ਤਾਕਤ ਰਹਿ ਨਹੀਂ ਸਕਤੇ, ਇਨਕੇ ਬਹੁਤ ਗੰਭੀਰ ਮਾਮਲੇ ਹੋਤੇ ਹੈ, ਇਨਕੀ ਬੜੀ ਬੜੀ ਇੱਛਾਏ ਹੋਤੀ ਹੈ, ਇਨਕੇ ਬੜੇ ਬੜੇ ਮਸਲੇ ਹੋਤੇ ਹੈ, ਵੋ ਤਮਾਮ ਮਸਲੋਂ ਕੋ ਇਨਹੋਨੇ ਠੀਕ ਕਰਕੇ ਵੀ ਰੱਖਣਾ ਹੈ, ਇਹ ਸਰਕਾਰੋਂ ਕੇ ਬਿਨਾ ਰਹਿ ਨਹੀਂ ਸਕਤੇ, ਇਹ ਚਲ ਨਹੀਂ ਸਕਤੇ। ਆਪ ਵੀ ਬਹੁਤ ਛੋਟੇ ਮੇਰੇ ਭਰਾ ਨੇ, ਲੇਕਿਨ ਉਹਨਾਂ ਦਾ ਚਲੇ ਜਾਣਾ ਹੈਰਾਨੀਜਨਕ ਸੀਗਾ, ਲੇਕਿਨ ਮੈਂ ਇਹ ਸਮਝਦਾ ਕਿ ਅੱਜ ਦੇ ਯੁੱਗ ਦੇ ਵਿੱਚ ਓਪਰਚੁਨਿਸਟ ਲੋਕ ਜ਼ਿਆਦਾ ਹੋ ਗਏ, ਹਰ ਵਿਅਕਤੀ ਨੂੰ ਲੱਗਦਾ ਕਿ ਮੈਂ ਜਲਦੀ ਔਰ ਇਹ ਹਰ ਫੀਲਡ ਚ ਹੋ ਗਿਆ, ਚਾਹੇ ਉਹ ਕੋਈ ਵੀ ਹੈ, ਉਹਨਾਂ ਨੂੰ ਲੱਗਦਾ ਕਿ ਮੈਨੂੰ ਕਿੱਥੋਂ ਵੱਧ ਸੈਲਰੀ ਮਿਲੂਗੀ ਮੈਂ ਉੱਥੇ ਚਲਾ ਜਾਵਾਂ। तो देखो हम पहले हमने कभी कहा कि हम आदमी आम आदमी को लेकर आएंगे, मेरे जैसे जो लोग चुनाव में लड़े वो आम आदमी थे जिनका राजनीति में कोई कुछ नहीं था, नए चेहरे भी हमारे बहुत आए। हम हमेशा वो बात करते हैं जो होने वाली, बहुत से पुराने चेहरे भी आएंगे, बहुत से नए चेहरे भी आएंगे, ये मिक्स एंड मैच होंगे, यंगस्टर भी आएंगे। नेता चुनाव नहीं लड़ना चाहता या लड़ना चाहता है मेरे को इस बारे में कोई जानकारी नहीं है, लेकिन जो जीतने वाले नेता होंगे चाहे वो बड़े होंगे छोटे होंगे कांग्रेस पार्टी को
राहुल गांधी को किसी मतलब कौन देना चाहता है। अगर कोई किसी को पार्टी कहेगी कि जिसको भी आदेश करेगी मेरे को लगता है वो पार्टी कहते हुए नजर आए इसलिए कहते राजा वरुण को भी चोन लगनी चाहिए, प्रताप पासवानी, नवजोत सिंह सिद्धू, सुखविंदर रावल सारे लोकसभा चोड़ा लगनी चाहिए। तो मैनू नहीं पता भी प्रगट सिंह की कहते हुए नजर आए। चंगी गल है प्रगट सिंह जी की इस बारे ये सोचनी होगी, हर बंदे का अपना अपना आई क्यू है, अपना अपना विचार है। प्रगट सिंह जी का यह विचार है, हो सकता है विचार वधिया होवे। लेकिन क्या तुसी तैयारी कर रहे हो सर? मेरे कहने मतलब राजे वड़िंग जी का 13 दियां 13 सीटां तो तैयारी है जिथो पार्टी लगेगा, पर मैं किसी का अधिकार जा उथे होर मेरे नो मजबूत कैंडीडेट होवे उथे होर होवे ओ नहीं लेना चाहुंदा। लेकिन जे अगर मेनू पार्टी कितों कहेगी तां राजा वड़िंग कितों कह सकदा कि नहीं। लिस्ट कदों आ जाएगी? 13 दियां 13 लिस्ट कदों आ जाएगी? लिस्ट ऐसी लियावांगे, लिस्ट आ जाएगी, तुसी देखोगे। बल्कि शेर की सवारी करांगे, तुसी देखो की होए। सब्सक्राइब कीजिए हमारे चैनल को और बेल आइकन को दबाइए हमारे लेटेस्ट वीडियो सबसे पहले देखने के लिए।